ਪੇਪਰ ਦੇ ਦੇ ਕੇ ਉਹ ਇਸ ਮੁਕਾਮ 'ਤੇ ਪਹੁੰਚਿਆ ਸੀ, ਉਹ ਸੈਕਿੰਡ ਅਫਸਰ ਬਣਿਆ। ਮੈਨੂੰ ਕਹਿੰਦਾ ਸੀ ਡੈਡੀ ਮੈਂ ਹੁਣ ਆਵਾਂਗਾ, ਵੀ ਤੁਹਾਡਾ ਬੱਚਾ ਜਿਹੜਾ ਨਾ ਉਹਨੇ ਛਾਲ ਮਾਰਤੀ ਹੈ। ਕੈਪਟਨ ਕਹਿੰਦਾ ਵੀ ਉਹਨੂੰ ਕਿੰਨਾ ਉਹਨੇ ਛਾਲ ਮਾਰੀ, ਉਹਨੂੰ ਤਰਨਾ ਆਉਂਦਾ ਸੀ। ਮੈਂ ਕਿਹਾ ਜੀ ਤੁਸੀਂ ਕੈਪਟਨ ਜੇ, ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਕਿ ਜਿਹੜਾ ਬੱਚਾ ਸਮੁੰਦਰ ਦੇ ਵਿੱਚ ਜਾਂਦਾ ਉਹਨੂੰ ਟ੍ਰੇਨਿੰਗ ਇਸ ਚੀਜ਼ ਦੀ ਹੁੰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮਰਚੈਂਟ ਨੇਵੀ 'ਚ ਹੋਵੇ ਬੰਦਾ ਔਰ ਉਹ ਇਹ ਸਵਾਲ ਕੀਤਾ ਜਾਵੇ ਕਿ ਤੈਰਨਾ ਆਉਂਦਾ ਜਾਂ ਨਹੀਂ। ਮੈਨੂੰ ਫਾਦਰ ਡੇ ਸੀ ਜਿੱਦਣ 16 ਤਰੀਕ, 16 ਤਰੀਕ ਫਾਦਰ ਡੇ, ਮੈਨੂੰ ਉਹਨੇ ਗੱਲ ਕੀਤੀ ਹੈ 16 ਤਰੀਕ ਨੂੰ ਮੈਂ ਤੁਹਾਡੇ ਵਾਸਤੇ ਕੋਈ ਖਾਣ ਨੂੰ ਮੰਗਾਵਾਂ, ਮੈਂ ਆਰਡਰ ਕਰਨ ਲੱਗਿਆ ਜੀ ਤਾਂ ਆਰਡਰ ਉੱਤੋਂ ਹੀ ਕਰ ਦਿੰਦਾ। ਬੇਟਾ ਕਦੋਂ ਉਹਨੇ ਜੁਆਇਨ ਕੀਤੀ ਸੀ ਮਰਚੈਂਟ ਨੇਵੀ ਔਰ ਕਿੰਨੇ ਦਿਨਾਂ ਤੋਂ ਤੁਹਾਨੂੰ ਇਹ ਖਬਰ ਮਿਲੀ ਕਿ ਉਸਦਾ ਕੋਈ ਅਤਾ ਪਤਾ ਜਿਹੜਾ ਨਹੀਂ ਲੱਗ ਰਿਹਾ? 9 ਸਾਲ ਤੋਂ ਮਰਚੈਂਟ ਨੇਵੀ ਉਹਨੇ ਜੁਆਇਨ ਕੀਤੀ ਹੈ ਜੀ। ਇਹ ਤਲਾਨੀ ਕੰਪਨੀ ਹੈ, ਤਲਾਨੀ ਕੰਪਨੀ ਦੇ ਵਿੱਚ ਉਹਨੂੰ 3 ਵਾਰ ਉਹ ਜੁਆਇਨਿੰਗ ਕੀਤੀ ਉਹਨੇ, ਇਸ ਲਈ ਉਹ ਸੈਕਿੰਡ ਅਫਸਰ ਬਣ ਕੇ ਗਿਆ ਸੀ, ਤਰੱਕੀਆਂ ਕਰਕੇ ਗਿਆ ਸੀ ਉਹ ਸੈਕਿੰਡ ਅਫਸਰ ਬਣ ਕੇ ਗਿਆ। ਅਤੇ ਮੈਨੂੰ ਫਾਦਰ ਡੇ ਸੀ ਜਿੱਦਣ 16 ਤਰੀਕ ਨੂੰ, 16 ਤਰੀਕ ਫਾਦਰ ਡੇ, ਮੈਨੂੰ ਉਹਨੇ ਗੱਲ ਕੀਤੀ ਹੈ 16 ਤਰੀਕ ਨੂੰ ਮੈਂ ਤੁਹਾਡੇ ਵਾਸਤੇ ਕੋਈ ਖਾਣ ਨੂੰ ਮੰਗਾਵਾਂ, ਮੈਂ ਆਰਡਰ ਕਰਨ ਲੱਗਿਆ ਜੀ ਤਾਂ ਆਰਡਰ ਉੱਥੋਂ ਹੀ ਕਰ ਦਿੰਦਾ ਹੁੰਦਾ ਸੀ। ਮੈਂ ਕਿਹਾ ਨਹੀਂ ਤੂੰ ਆਰਡਰ ਨਾ ਕਰੀ, ਆਪ ਹੀ ਕਰ ਲਾਂਗੇ। ਫਿਰ ਚਲੋ ਮੇਰੇ ਨਾਲ ਉਹਦੀ 1.5 ਘੰਟਾ ਗੱਲ ਹੋਈ ਹੈ, ਮਾਂ ਨਾਲ ਵੀ ਗੱਲ ਹੋਈ, ਮੈਂ ਫਿਰ ਕਹਿੰਦਾ ਨਾ ਮਾਂ ਤੂੰ ਮਾਂ ਨਾਲ ਗੱਲ ਕਰ ਲਾ, ਮਾਂ ਨਾਲ ਵੀ ਗੱਲ ਕੀਤੀ ਉਹਨੇ। ਉਹ ਤੋਂ ਬਾਅਦ ਫਿਰ ਮੇਰੀ ਤਾਂ ਚਲੋ ਮਾਂ ਨਾਲ ਵੀ ਗੱਲ, ਸਾਰੀਆਂ ਗੱਲਾਂ ਫਿਰ ਕੁੜੀ ਮੇਰੀ ਨੂੰ ਵੱਡੇ ਸਭ ਕੁੜੀ ਨੂੰ ਫੋਨ ਜਿਹਦੇ ਘਰ ਰਿਹਾ ਉਹਨੂੰ ਫੋਨ ਕੀਤਾ ਇਹਨੇ, ਉਹਦੇ ਨਾਲ ਵੀ ਲੱਗਾ ਰਿਹਾ ਅਤੇ ਮੈਂ 13 ਤਰੀਕ ਨੂੰ ਮੈਂ ਛੁੱਟੀ ਪਾਈ ਹੁਣ ਮੈਂ 13 ਤਰੀਕ ਨੂੰ ਆ ਜਾਣਾ ਵਾਂ ਅਤੇ 13 ਜੁਲਾਈ ਨੂੰ ਮੈਂ ਘਰ ਆਉਣਾ ਵਾਂ ਅਤੇ 13 ਜੂਨ ਨੂੰ ਛੁੱਟੀ ਪਾਤੀ ਆ ਮੈਨੂੰ ਤੁਸੀਂ ਨਾ, ਉਹ ਤਾਂ ਮੈਨੂੰ ਲਿਖ ਕੇ ਭੇਜ ਦੇਣਾ ਕੁਛ ਨਾ ਕੁਛ, ਕਿਉਂਕਿ ਇਹਨਾਂ ਛੁੱਟੀ ਮੈਨੂੰ ਲੇਟ ਦੇਣੀ ਅਤੇ ਮੈਂ 13 ਨੂੰ ਆਉਣਾ, ਜੇ ਮੇਰਾ ਜੇ ਨਾ ਮੈਂ ਆ ਸਕਿਆ ਇਹਨਾਂ ਨੇ ਮੇਰਾ ਟੈਕਸ ਕੱਟ ਲੈਣਾ ਵਾ ਅਤੇ ਘੱਟੋ ਟੈਕਸ ਜਿਹੜਾ ਲੱਖਾਂ ਦੇ ਹਿਸਾਬ 'ਚ ਕੱਟਿਆ ਜਾਂਦਾ। ਇਹ ਕਹਿੰਦਾ ਮੈਨੂੰ ਫਿਰ ਮਹੀਨਾ ਰਹਿਣਾ ਪੈਣਾ, ਫਿਰ ਤਾਂ ਮੈਨੂੰ 2-3 ਮਹੀਨੇ ਛੁੱਟੀ ਕਰਾਂਗਾ। ਤੁਹਾਨੂੰ ਇਹ ਕਦੋਂ ਪਤਾ ਲੱਗਾ ਜਾਂ ਕਦੋਂ ਅਹਿਸਾਸ ਹੋਇਆ ਕਿ ਤੁਹਾਡਾ ਬੇਟਾ ਲਾਪਤਾ ਜਾਂ ਕੋਈ ਉਹਦੇ ਨਾਲ ਕੋਈ ਮਿਸਹੈਪਨਿੰਗ ਹੋ ਚੁੱਕੀ ਹੈ? ਮੈਨੂੰ 17 ਜੂਨ ਦਾ ਜਨਮਦਿਨ ਸੀਗਾ, 17 ਤਰੀਕ ਨੂੰ 12:46 ਦੇ ਮੈਨੂੰ 12:46 ਦੇ ਰਾਤ ਨੂੰ ਫੋਨ ਆਇਆ 17 ਜੂਨ ਨੂੰ ਵੀ ਤੁਹਾਡਾ ਬੱਚਾ ਜਿਹੜਾ ਨਾ ਉਹਨੇ ਛਾਲ ਮਾਰਤੀ ਹੈ। ਜਨਮਦਿਨ 16 ਨੂੰ ਸੀ? 17 ਨੂੰ ਜਨਮਦਿਨ ਸੀ ਅਤੇ 17 ਨੂੰ ਆਇਆ ਨਾ ਟਾਈਮ 12:46 'ਤੇ 17 ਨੂੰ ਆਇਆ ਮੈਨੂੰ ਉਹਦਾ। ਅਤੇ ਫਿਰ ਮੈਨੂੰ ਕੈਪਟਨ ਕਹਿੰਦਾ ਵੀ ਉਹਨੂੰ ਕਿੰਨਾ ਉਹਦੇ ਛਾਲ ਮਾਰੀ, ਉਹਨੂੰ ਤਰਨਾ ਆਉਂਦਾ ਸੀ। ਮੈਂ ਕਿਹਾ ਜੀ ਤੁਸੀਂ ਕੈਪਟਨ ਜੇ, ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਕਿ ਜਿਹੜਾ ਬੱਚਾ ਸਮੁੰਦਰ ਦੇ ਵਿੱਚ ਜਾਂਦਾ ਉਹਨੂੰ ਟ੍ਰੇਨਿੰਗ ਇਸ ਚੀਜ਼ ਦੀ ਹੁੰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਮਰਚੈਂਟ ਨੇਵੀ 'ਚ ਹੋਵੇ ਬੰਦਾ ਔਰ ਉਹ ਇਹ ਸਵਾਲ ਕੀਤਾ ਜਾਵੇ ਕਿ ਤੈਰਨਾ ਆਉਂਦਾ ਜਾਂ ਨਹੀਂ। ਤੈਰਨਾ ਆਉਂਦਾ ਇਹੋ ਤਾਂ ਮੈਨੂੰ ਹੈਰਾਨਗੀ ਹੈ ਵੀ ਤੂੰ ਮੈਨੂੰ ਪੁੱਛਣ ਡਿਆ ਵੀ ਤੈਰਨਾ ਤੈਨੂੰ ਆਉਂਦਾ ਕਿ ਨਹੀਂ, ਤੁਸੀਂ ਦੱਸੋ ਵੀ ਤੈਰਨ ਦੇ ਵਿੱਚ ਤੂੰ ਉਹਨਾਂ ਕੋਲ ਹਰ ਚੀਜ਼ ਦੇ ਲਾਇਸੈਂਸ ਨੇ, ਹੁਣ ਇੰਨੀਆਂ ਪੜ੍ਹਾਈਆਂ ਕੀਤੀਆਂ ਕੋਈ ਜਗ੍ਹਾ ਛੱਡੀ ਨਹੀਂ ਉਹਨੇ, ਕਲਕੱਤੇ ਬੰਬੇ ਤੱਕ ਜਾ ਕੇ ਮਦਰਾਸ ਲਖਨਊ ਦਿੱਲੀ ਕੋਈ ਕੋਰਸ ਐਸੇ ਜਿਹੜੇ ਨਹੀਂ ਕੀਤੇ, ਕਿਉਂਕਿ ਪੜ੍ਹਾਈ ਬਹੁਤ ਸਖਤ ਹੈ। ਪੜ੍ਹਾਈ ਆਮ ਬੰਦੇ ਦੇ ਬਸ ਤਾਂ ਗੱਲ ਨਹੀਂ ਗੀ, ਪੜ੍ਹਾਈ ਬਹੁਤ ਸਖਤ ਹੈਗੀ ਆ ਕਿਉਂਕਿ ਇੰਨੇ ਪੇਪਰ ਦੇਣੇ ਪੈਂਦੇ, ਜਿਸ ਵਕਤ ਮੈਨੇ ਆਉਣਾ ਉਹ 5-5, 6-6 ਪੇਪਰ ਦੇਣੇ ਜਿਹਦੇ ਵਿੱਚ 1,00,000-2,00,000 ਰੁਪਈਆ ਲੱਗਦਾ ਵਾ, ਹਰ ਵਾਰੀ ਪੇਪਰ ਦੇਣੇ। ਅਤੇ ਇਹ ਪੇਪਰ ਦੇ ਕੇ ਉਹ ਇਸ ਮੁਕਾਮ 'ਤੇ ਪਹੁੰਚਿਆ ਸੀ ਕਿ ਉਹ ਸੈਕਿੰਡ ਅਫਸਰ ਬਣਿਆ। ਮੈਨੂੰ ਕਹਿੰਦਾ ਸੀ ਡੈਡੀ ਮੈਂ ਹੁਣ ਆਵਾਂਗਾ, ਅਸੀਂ ਅੱਜ ਵੀ ਆਸ ਕਰਦੇ ਹਾਂ ਕਿ ਚੰਗੀ ਖਬਰ ਆਵੇ ਕੋਈ, ਪਰ ਹੁਣ ਤੱਕ ਕੋਈ ਤੁਹਾਡਾ ਪਰਿਵਾਰਕ ਮੈਂਬਰ ਉੱਥੇ ਗਿਆ ਜਾਂ ਕੋਈ? ਮੇਰੇ ਜਵਾਈ ਗਿਆ ਜੀ, ਅਮਰਤੇਜ ਸਿੰਘ, ਡਾਕਟਰ ਅਮਰਤੇਜ ਸਿੰਘ ਨੇ, ਔਰ ਉਹਨਾਂ ਦੇ ਭਰਾ ਨੇ ਆਰਮੀ 'ਚ ਮੇਜਰ ਨੇ, ਉਹਦੇ ਮੇਰੀ ਲੜਕੀ ਜਿਹੜੀ ਰਾਜਵਿੰਦਰ ਕੌਰ ਉੱਥੇ ਗਏ ਹੋਏ ਨੇ। ਬੇਟੀਆਂ ਕਿੰਨੀਆਂ ਤੁਹਾਡੀਆਂ? ਮੇਰੀਆਂ 3 ਲੜਕੀਆਂ, 3 ਲੜਕੀਆਂ, ਇੱਕ ਲੜਕੀ ਮੇਰੀ ਪਾਰਟੀ ਸ਼ਮਿਊਜ਼ਮ 'ਚ ਹੈ, ਦੂਜੀ ਮੇਰੀ ਕੈਨੇਡਾ ਵਾ,
ਉਹਨੇ ਇਨਫੋਸਿਸ ਕੰਪਨੀ ਚ, ਤੀਸਰੀ ਮੇਰੀ ਸਰਕਾਰੀ ਟੀਚਰ ਹੈ। ਸਰਕਾਰੀ ਟੀਚਰ ਇੱਕ ਜਿਹੜੀ ਹੈਰਾਨੀ ਦੀ ਗੱਲ ਹੈ, ਕਿਉਂਕਿ ਮਰਚੈਂਟ ਨੇਵੀ ਜੁਆਇਨ ਕਰਨਾ ਇੱਕ ਆਮ ਤੌਰ ਤੇ ਅਸੀਂ ਕਹਿ ਦਿੰਦੇ ਕਿ ਬਹੁਤ ਔਖਾ, ਹਰ ਬੱਚਾ ਨਹੀਂ ਜੁਆਇਨ ਉਸ ਪਾਸੇ ਜਾਂਦਾ, ਪਰ ਉਹਨੇ ਪੜ੍ਹ ਲਿਖ ਕੇ ਸਭ ਕੁਝ ਕਰਦਾ। ਕਦੇ ਤੁਹਾਨੂੰ ਮਹਿਸੂਸ ਹੋਇਆ ਕਿ ਇੱਦਾਂ ਦੀ ਕੋਈ ਗੱਲ ਹੋ ਸਕਦੀ ਹੈ? ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਤਾਂ ਵਿਆਹ ਦੀ ਵੀ ਅਸੀਂ ਜਦੋਂ ਗੱਲ ਕਰਦੇ ਸੀ ਤਾਂ ਉਹ ਕਹਿੰਦਾ ਵੀ ਤੁਸੀਂ ਆਪੇ ਹੀ ਸਾਰਾ ਕੁਝ ਤੈਅ ਕਰੋ। ਨਹੀਂ, ਕੋਈ ਗੱਲ ਹੀ ਨਹੀਂ ਸੀ ਕਦੀ, ਮਤਲਬ ਇੰਨਾ ਨਾਈਸ ਸੀ ਉਹ, ਇੰਨਾ ਮਤਲਬ ਪਰਿਵਾਰ ਨਾਲ ਪਿਆਰ ਸੀ ਉਹ, ਤੇ ਸਾਡੇ ਗਲੀ ਦੇ ਵਿੱਚ ਵੀ, ਮੁਹੱਲੇ ਦੇ ਵਿੱਚ ਵੀ, ਸਾਡੇ ਕਿਸੇ ਤੋਂ ਪੁੱਛ ਲਓ ਜਾ ਕੇ, ਉਹ ਤਾਂ ਜਿੰਨੇ ਵੀ ਜਾਣੇ ਸੀ ਉਹ ਸਾਰੇ ਪੈਰੀ ਹੱਥ ਲਾ ਕੇ ਜਾਂਦਾ ਸੀ। ਪਰ ਐਡਾ ਚੰਗਾ ਸੀ, ਤੁਹਾਨੂੰ ਕੀ ਦੱਸੀਏ ਕਿ ਕਿੰਨਾ ਕੁ ਚੰਗਾ ਹੋ ਸਕਦਾ। ਮੈਂ, ਮੇਰਾ ਬੱਚਾ ਬਹੁਤ, ਤੁਹਾਨੂੰ ਫਿਰ ਇਸ ਪੂਰੇ ਮਾਮਲੇ ਚੋਂ ਕੀ ਮਤਲਬ ਲੱਗ ਰਿਹਾ, ਜਾਂ ਕੋਈ ਸ਼ੱਕ ਕਿਸੇ ਤੇ, ਜਾਂ ਕੋਈ ਇਹਦੇ ਪਿੱਛੇ ਕੋਈ ਤੁਹਾਨੂੰ ਕਾਰਨ ਕੀ ਲੱਗ ਰਿਹਾ ਵੀ ਕਿਉਂ ਇਹ ਸਭ ਕੁਛ ਹੋ ਸਕਦਾ? ਲੱਗੀ ਤੇ ਛਾਜਿਸ਼ ਹੀ ਹੈ ਜੀ। ਪਹਿਲਾਂ ਮੈਨੂੰ ਕਹਿੰਦੇ ਜੀ ਕਿੰਨਾ, ਕੈਪਟਨ ਕਹਿੰਦਾ ਜੀ ਉਹਨੇ ਛਾਲ ਮਾਰੀ ਆ, ਫਿਰ ਮੈਨੂੰ ਕਹਿੰਦਾ ਨਹੀਂ ਉਹਦਾ ਪੈਰ ਫਿਸਲ ਗਿਆ, ਜਦਕਿ ਉਹਦਾ ਮੋਬਾਈਲ ਵੀ ਉੱਥੇ ਪਿਆ ਪੋਰਟ ਦੇ ਉੱਤੇ, ਅਤੇ ਉਹਦੀ ਜੁੱਤੀਆਂ ਵੀ ਪੋਰਟ 'ਤੇ ਪਈਆਂ। ਦੱਸੋ ਵੀ ਜੇ ਇਸ ਬੰਦੇ ਨੇ ਛਾਲ ਮਾਰਨੀ ਹੈ, ਮੋਬਾਈਲ ਉੱਥੇ ਰੱਖ ਕੇ ਰਮਾਨ ਨਾਲ ਜੁੱਤੀ ਪਾ ਕੇ, ਉਹ ਜਿਸ ਇੰਨਾ ਵੱਡਾ ਕਦਮ ਚੁੱਕਣਾ ਹੋਵੇ ਉਹ ਜੁੱਤੀ ਲਾ ਕੇ ਨਮਸਕਾਰ ਕਰਕੇ ਜਾਏਗਾ ਵੀ ਮੇਰੇ 17 ਨੂੰ ਜਦੋਂ ਤੁਹਾਡੀ ਗੱਲ ਆਖਰੀ ਵਾਰ ਹੁੰਦੀ, ਉਸ ਤੋਂ ਬਾਅਦ ਫੋਨ 'ਤੇ ਰਿੰਗ ਜਾਂਦੀ ਸੀ? ਰਿੰਗ ਨਹੀਂ ਗਈ ਜੀ ਉਦੋਂ, ਉਹ ਤੋਂ ਬਾਅਦ ਮੋਬਾਈਲ ਆਫ ਨਾ, ਰਿੰਗ ਗਈ ਸੀ, ਕਦੀ ਕਦੀ ਰਿੰਗ ਜਾਂਦੀ ਸੀ, ਰਿੰਗ ਜਾਂਦੀ ਸੀ, 3-4 ਵਜੇ ਵੀ ਰਿੰਗ ਜਾਂਦੀ ਰਹੀ ਆ। ਅਸੀਂ ਇਹ ਕਿਹਾ ਵੀ ਚਲੋ ਅਸੀਂ ਤਾਂ ਫਿਰ ਅਸੀਂ ਤਾਂ ਸ਼ੱਕ ਦੇ ਦਰ ਸੀ, ਪਹਿਲਾਂ ਤਾਂ ਮੈਂ ਕਿਹਾ ਵੀ ਫੇਕ ਨਿਊਜ਼ ਹੈਗੀ ਹੈ, ਪਰ ਬੰਦਾ ਬਿਜ਼ੀ ਹੁੰਦਾ ਫੋਨ ਨਹੀਂ, ਫੋਨ ਜੋ ਚੁੱਕਣਾ ਕਿੱਥੋਂ ਸੀ, ਫੋਨ ਤਾਂ ਉਹਦੇ ਪੋਰਟ 'ਤੇ ਪਿਆ ਤਾ। 12:46 ਤੇ ਕਹਿਣ ਦਾ ਕੈਪਟਨ ਨੇ ਛਾਲ ਮਾਰੀ, ਪਰ ਉਹ ਕਿਉਂ ਮਾਰੇਗਾ ਨਾ ਛਾਲ, ਉਹਨੂੰ ਕਿਸ ਚੀਜ਼ ਦੀ ਕਮੀ ਸੀ? ਕਿਉਂਕਿ ਪਰਿਵਾਰ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ, ਕਿਸੇ ਗੱਲ ਦੀ ਨਹੀਂ ਉਹਨੂੰ, ਜਾਇਦਾਦ ਦੀ ਕਮੀ ਨਹੀਂ, ਪੈਸੇ ਦੀ ਕਮੀ ਨਹੀਂ, ਉਹਨੂੰ ਕਿਸੇ ਗੱਲ ਦੀ ਕਮੀ ਨਹੀਂ, ਗੱਡੀਆਂ ਦੀ ਕਮੀ ਨਹੀਂ, ਉਹਨੂੰ ਸਭ ਕੁਝ ਠੀਕ ਸੀ। ਕਦੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਵੀ ਉਹ ਪਰੇਸ਼ਾਨ ਹੈ? ਮੈਂ ਪਰੇਸ਼ਾਨੀ ਵਾਲੀ ਤਾਂ ਉਹਦੇ 'ਚ ਇੱਕ ਨੌਂ ਜਿੰਨੀ ਪਰੇਸ਼ਾਨੀ ਨਹੀਂ ਸੀ, ਉਹਦਾ ਐਡਾ ਮਤਲਬ ਹੋਣਹਾਰ ਸੀ ਪਰੇਸ਼ਾਨੀ, ਕੋਈ ਬੰਦਾ ਵਿੱਚ ਪਰੇਸ਼ਾਨੀ ਉਹਦੇ 'ਤੇ, ਜਿਹਨੂੰ ਮਿਲਣਾ ਹੱਸ ਕੇ ਮਿਲਣਾ। ਫਿਰ ਉਹਨੇ ਕਦੀ ਜ਼ਿੰਦਗੀ 'ਚ ਕਿਸੇ ਵਿਆਹ ਦੀ ਗੱਲ ਮੇਰੇ ਨਾਲ ਉਹਨੇ ਕਰਨੀ ਵੀ ਡੈਡੀ, ਮੈਂ ਉਹਨੂੰ ਕਹਿਣਾ ਨਹੀਂ ਵਿਆਹ ਵੂਹ ਕਰ ਦਈਏ ਯਾਰ, ਐਤਕੀ ਮੈਂ ਸੋਚਿਆ ਵੀ ਚਲੋ ਵਿਆਹ ਕਰ ਦਿੰਦੇ ਹਾਂ, ਐਤਕੀ ਨਹੀਂ ਆਏਗਾ, ਐਤਕੀ ਪੱਕਾ ਵਿਆਹ ਕਰਤਾ। ਮੈਂ ਕੁੜੀ ਨੂੰ ਵੀ ਕਿਹਾ, ਮੈਂ ਕਿਹਾ ਕੁੜੀ ਵੇਖੋ ਵਿਆਹ ਕਰ ਦਈਏ ਉਹਦਾ, ਪਰ ਸਾਨੂੰ ਕੀ ਪਤਾ ਸੀ ਕਿ ਇਹੋ ਜਿਹਾ ਸੁਭ ਘੜੀ ਹੋਣੀ ਸਾਡੇ ਵਾਸਤੇ। ਕਦੇ ਕੋਈ ਉਹਦੇ ਕਰੂ ਮੈਂਬਰ ਜਿੱਦਾਂ ਹੁੰਦੇ ਆ, ਕਦੀ ਉਹਨੇ ਕੁਛ ਕਿਹਾ ਹੋਵੇ ਵੀ ਇਹ ਪਰੇਸ਼ਾਨ ਰਹਿੰਦਾ, ਜਾਂ ਇਹਨੂੰ ਕਿਸੇ ਦੀ ਚੀਜ਼ ਨੂੰ ਲੈ ਕੇ ਕੋਈ ਟੈਨਸ਼ਨ ਹੈ, ਕੋਈ ਇਹੋ ਜਿਹੀ ਕੋਈ ਗੱਲ? ਨਹੀਂ, ਕਰੂ ਮੈਂਬਰ ਨੇ ਤਾਂ ਕਦੀ ਵੀ ਨਹੀਂ ਕਿਹਾ। ਕਰੂ ਮੈਂਬਰ ਵਾਸਤੇ ਉਹ ਐਡਾ ਚੰਗਾ ਸੀ, ਕਰੂ ਮੈਂਬਰ ਵਾਸਤੇ ਜਦੋਂ ਵੀ ਬਾਹਰ ਜਾਂਦਾ ਸ਼ੋਰ ਪਾਸ ਲੈ ਕੇ ਜਾਂਦਾ ਸੀ ਉਹ ਕਰੂ ਮੈਂਬਰ। ਮੈਨੂੰ ਉਹਨੇ ਕਈ ਵਾਰੀ ਕਹਿਣਾ ਡੈਡੀ ਇਹ ਬੰਦੇ ਕਮਜ਼ੋਰ ਹੁੰਦੇ ਆ, ਚਲੋ ਮੈਂ ਵੀ ਇਹ 'ਚੋਂ ਬਖਸ਼ੇ ਨਿਕਲਿਆ ਹਾਂ। ਜਦੋਂ ਇਹਨੇ ਟ੍ਰੇਨਿੰਗ ਕਰਦੇ ਆ ਨਾ, ਉਦੋਂ ਸਾਰੀ 20,000 ਰੁਪਏ ਤਨਖਾਹ ਹੁੰਦੀ ਹੈ ਅਤੇ ਕੁਛ ਨਹੀਂ ਹੁੰਦਾ ਉਹਦਾ, ਅਤੇ ਹੱਥ ਵੀ ਸੁੱਜ ਕੇ ਕਿੱਡੇ ਕਿੱਡੇ ਵੱਡੇ ਹੋ ਜਾਂਦੇ ਜਦੋਂ ਕੰਮ ਕਰਦੇ ਰਹੇ। ਉਦੋਂ ਵੇਖੋ ਛਿੱਪਾਂ ਦੇ ਵਿੱਚ ਉੱਤੇ ਚੜ੍ਹ ਕੇ ਰੰਗ ਕਰਨੇ, ਛਿੱਪ ਜਿਹੜੀ ਕਰਨੀ ਹੈ ਰੰਗ ਕਰਨੀ ਛਿੱਪ ਦੇ ਉੱਤੇ ਚੜ੍ਹ ਕੇ, ਉਦੋਂ ਕੁਛ ਨਹੀਂ ਹੋਇਆ, ਉਦੋਂ ਡਿੱਗਿਆ ਨਹੀਂ, ਉਦੋਂ ਕੁਛ ਨਹੀਂ ਹੋਇਆ, ਅਤੇ ਹੁਣ ਐਡਾ ਅਫਸਰ ਬਣ ਕੇ ਅਤੇ ਹੁਣ ਕਿਤੇ ਛਾਲ ਮਾਰਤੀ? ਇਹ ਤਾਂ ਸੋਚਣ ਤੋਂ ਬਾਹਰ ਹੈ ਨਾ ਗੱਲ, ਵੀ ਕਿਤਨਾ ਮਾਰ ਸਕਦਾ, ਕਦੀ ਵੀ ਨਹੀਂ ਸੋਚ ਕੰਪਨੀ ਹੈ ਜਾਂ ਜਿਹੜੇ ਕਰੂ ਮੈਂਬਰ ਨੇ, ਤੁਸੀਂ ਕਿਸੇ ਹੋਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼, ਉਹ ਕੋਈ ਭਰੋਸੇਯੋਗ ਕੋਈ ਜਵਾਬ ਦੇ ਰਹੇ? ਨਹੀਂ, ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ, ਸਿਰੇ ਫੋਨ ਆਪਣੇ ਬੰਦ ਕਰ ਦਿੱਤੇ ਸੀਗੇ, ਉਹਨਾਂ ਨੇ ਕੋਈ ਜਵਾਬ ਨਹੀਂ ਸਾਨੂੰ ਦਿੱਤਾ। ਜਿੰਨੇ ਵੀ ਕਰੂ ਮੈਂਬਰ ਸੀ ਉਹਨਾਂ ਦੇ ਸਾਰੇ ਬੰਬ ਕੈਪਟਨ ਤੱਕ ਉਹਨਾਂ ਦੇ ਬੰਦ ਕਰਤੇ ਸੀ। ਸਾਨੂੰ ਜਿਹੜੇ ਬੰਦੇ ਦਾ ਕੈਪਟਨ ਦਾ ਫੋਨ ਆਇਆ ਮੈਨੂੰ, ਉਸ ਤੋਂ ਬਾਅਦ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ, ਉਹਦੇ ਨਾਲ ਮੇਰੇ ਕੇ ਸਵੇਰੇ 8:00 ਤਾਂ 43 ਮਿੰਟ ਤੇ ਮੇਰੀ ਦੀ ਗੱਲ ਹੋਈ ਹੈ ਕਿ ਨਹੀਂ ਭਾਲ ਕੱਢਣੇ ਨਹੀਂ ਲੱਭਿਆ, ਹੈਲੀਕਾਪਟਰ ਲੱਗੇ ਹੋਏ ਆ, ਬੋਟਾਂ ਲੱਗੀਆਂ ਹੋਈਆਂ, 4-4 ਹੈਲੀਕਾਪਟਰ ਛੱਡੇ ਹੋਏ ਸੀ ਉੱਥੇ। ਪਰ ਕੈਮਰੇ ਵੀ ਲੱਗੇ ਹੁੰਦੇ ਆ ਜਿਹੜੇ ਸ਼ਿਪ ਦੇ ਵਿੱਚ, ਹੋਰ ਬਹੁਤ ਕੁਝ ਸਿਕਿਉਰਿਟੀ ਦੇ ਲਿਹਾਜ਼ ਦੇ ਨਾਲ ਹੁੰਦਾ, ਪਰ ਇੱਦਾਂ ਅਚਾਨਕ ਕਿੱਦਾਂ ਹੋ ਗਿਆ? ਤੁਹਾਨੂੰ ਨਹੀਂ ਲੱਗਦਾ ਕਿ ਕੰਪਨੀ ਦੀ ਬਹੁਤ ਵੱਡੀ ਲਾਪਰਵਾਹੀ ਜਾਂ ਕੁਤਾਹੀ ਹੈ? ਇਸੇ ਚੀਜ਼ ਦੀ ਤਾਂ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਮੇਰੀ ਹੈਲਪ ਕੀਤੀ ਜਾਵੇ, ਕਿ ਮੈਨੂੰ ਇਨਸਾਫ਼ ਦਵਾਇਆ ਜਾਵੇ ਕਿ ਜਿਹੜਾ ਮੇਰਾ ਬੱਚਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਅਤੇ ਇਹ ਜਿਹੜੀ ਇਹ ਸਾਜਿਸ਼ ਨਾਲ ਕੰਮ ਹੋਇਆ, ਕਦੀ ਕਹਿੰਦੇ ਜੀ ਫਿਰ 11:30 ਆਇਆ, ਇਹਨੂੰ ਵੇਖਿਆ ਜੀ ਅਸੀਂ ਟਾਇਰ ਸੁੱਟੀ ਸੀ ਥੱਲੇ, ਇੱਕ ਮੁੰਡੇ ਨੇ ਵੇਖਿਆ 11:30, 12:46 ਤੇ ਮੈਨੂੰ ਕਹਿੰਦੇ ਵੀ ਉਹਨੇ ਛਾਲ ਮਾਰੀ ਆ,
ਅੱਧਾ ਘੰਟਾ ਪਹਿਲਾਂ, ਅੱਧਾ ਘੰਟੇ ਦੇ ਲਾ ਲਓ ਤੇ ਬਾਰਾਂ ਵੱਜ ਕੇ ਤੇ 16 ਮਿੰਟ ਦੇ, ਤੇ ਫਿਰ ਮੁੜ ਕੇ ਕਹਿੰਦੇ ਸਾਡਾ, ਕਿਉਂਕਿ ਉਹਨਾਂ ਦੇ ਆਪਸ 'ਚ ਬਿਆਨ ਨਹੀਂ ਮਿਲੇ। ਉਸ ਤੋਂ ਬਾਅਦ ਫਿਰ ਮੈਂ ਆਪਣਾ ਕੀਤਾ, ਮੈਂ ਕਿਹਾ ਜੀ, ਕਹਿੰਦਾ ਜੀ ਹੁਣ ਤੁਸੀਂ ਐਂ ਕਰੋ ਵੀ ਤੁਹਾਡੇ ਫੋਨ ਬੜੇ ਆਉਂਦੇ ਨੇ, ਤੁਸੀਂ ਇੱਕ ਕੈਪਟਨ ਨਾਲ ਗੱਲ ਕਰੋ ਜਿਹੜਾ ਬੰਬੇ ਆਫਿਸ 'ਚ ਹੈਗਾ, ਉਹ ਹੈਗਾ ਸੰਜੀਵ ਹੰਡਾ, ਉਹਦੇ ਨਾਲ ਗੱਲ ਕਰੋ ਤੁਸੀਂ ਤੇ ਬਾਕੀ ਹੋਰ। ਫਿਰ ਮੈਂ ਕਿਹਾ ਜੀ ਦੇਖੋ ਮੈਂ ਤਾਂ ਗੱਲ ਨਹੀਂ ਕਰ ਸਕਦਾ, ਮੈਨੂੰ ਇੰਗਲਿਸ਼ ਕਿਉਂਕਿ ਉਹ ਗੱਲ ਕਰਦੇ ਇੰਗਲਿਸ਼ 'ਚ ਸਾਰੀ, ਤੇ ਮੈਂ ਮੁੰਡੇ ਨੇ ਵੀ ਗੱਲ ਕਰਨਾ, ਮੈਂ ਮੁੰਡੇ ਦੇ ਸਾਡੇ ਪੰਜਾਬੀ 'ਚ ਗੱਲ ਕਰਦਾ ਜੀ। ਤੇ ਜਦੋਂ ਸਰਦਾਰ ਜੀ ਇੱਕ ਮੇਨ ਜਿਹੜਾ ਕਰੂ ਮੈਂਬਰ ਦਾ ਮੇਨ ਹਿੱਸਾ ਜਿਹੜਾ ਅਸੀਂ ਕਹਿ ਸਕਦੇ ਸੈਕਿੰਡ ਨੰਬਰ ਦੇ ਤੁਸੀਂ ਕਹਿ ਰਹੇ ਹੋ ਕੈਪਟਨ, ਉਹ ਗਾਇਬ ਹੋ ਜਾਂਦਾ ਔਰ ਉਹਦਾ ਪਤਾ ਹੀ ਨਹੀਂ ਲੱਗਦਾ, ਬੜੀ ਇਹ ਤੇ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ। ਬਿਲਕੁਲ ਜੀ, ਇਹੋ ਤੇ ਅਸੀਂ ਕਹਿੰਦੇ ਹਾਂ ਜੀ, ਇਹੋ ਕਹਿੰਦੇ ਹਾਂ ਵੀ ਉਹ ਕਿਤਨਾ ਹੋ ਗਿਆ, ਐਡੀ ਵੱਡੀ ਪੋਸਟ ਤੇ ਪਹੁੰਚ ਗਿਆ, ਮੈਨੂੰ ਕਹਿੰਦਾ ਡੈਡੀ ਮੈਂ ਚੀਫ ਅਫਸਰ ਬਣਨਾ। ਚੀਫ ਅਫਸਰ ਦੀ ਪਾਵਰ ਬਹੁਤ ਹੁੰਦੀ ਹੈ, ਪਾਵਰ ਦੇ ਦੌਰਾਨ ਉਹਨੇ ਕਾਫੀ ਔਖਾ ਸਮਾਂ ਵੀ ਵੇਖਿਆ ਹੋਣਾ ਬਹੁਤ। ਮੈਂ ਦੱਸਿਆ ਵੀ ਹੱਥ ਸਜਾ ਉਹਦੇ ਸੋਚਣ ਦੇ, ਜਦੋਂ ਕੰਮ ਕਰਦਾ ਮੈਂ ਹੱਥ ਛਾਲੇ ਪੈ ਜਾਂਦੇ ਜਦੋਂ ਕੰਮ ਕਰਦਾ। ਪਹਿਲੇ ਸਾਲ ਹੋ ਗਿਆ ਸੀਰੀਆ ਦੇ ਵਿੱਚ, ਜਦੋਂ ਪਹਿਲੀ ਵਾਰੀ ਇਹਨੇ ਜੁਆਇਨਿੰਗ ਕੀਤੀ ਸ਼ਿਪ ਦੇ ਵਿੱਚ, ਤੇ ਪਹਿਲੀ ਸ਼ਿਪ ਦੇ ਵਿੱਚ ਸੀਰੀਆ ਗਿਆ ਸੀ, ਸੀਰੀਆ ਜੰਗ ਲੱਗੀ ਹੁੰਦੀ ਆ, ਇੱਕ ਮਹੀਨਾ ਫੋਨ ਨਾ ਚੁੱਕਿਆ, ਸਾਨੂੰ ਟੈਨਸ਼ਨ ਪੈ ਗਈ ਫੋਨ ਨਾ ਚੁੱਕਿਆ, ਮਹੀਨੇ ਬਾਅਦ ਇਹਨੇ ਫੋਨ ਚੁੱਕਿਆ, ਕਹਿੰਦਾ ਡੈਡੀ ਇੱਥੇ ਕੋਈ ਪਰਵਾਹ ਨਹੀਂ, ਸ਼ਿਪਾਂ 'ਚ ਕੋਈ ਚਿੰਤਾ ਨਹੀਂ ਹੁੰਦੀ ਇਸ ਗੱਲ ਦੀ ਭਾਈ, ਸਾਨੂੰ ਕੋਈ ਜੰਗ ਲੱਗਣੀ, ਕਿਉਂਕਿ ਮਾਲ ਆਉਂਦਾ ਜਾਂਦਾ ਵਾ ਇਹਨਾਂ ਦੇ ਵਿੱਚ, ਸ਼ਿਪਾਂ ਤੋਂ ਮਾਲ ਖਾਂਦੇ, ਰੋਟੀ ਖਾਂਦੇ ਨੇ, ਤੇ ਮੈਂ ਕਿਹਾ ਵੀ ਫਿਰ, ਕਹਿੰਦਾ ਕੋਈ ਡਰ ਨਹੀਂ ਹੈਗਾ, ਚਿੰਤਾ ਨਾ ਕਰਿਆ ਕਰੋ ਤੁਸੀਂ, ਕੋਈ ਗੱਲ ਨਹੀਂ ਹੈਗੀ। ਤੇ ਉਦੋਂ ਕੋਈ ਗੱਲ ਨਹੀਂ, ਅੱਜ ਤੱਕ ਗੱਲ ਨੇ, 9ਵੇਂ ਸਾਲ ਤੇ ਅੱਜ ਜਾ ਕੇ ਇਹ ਕੰਮ ਕਰਦਾ, ਇਹ ਤਲਾਨੀ ਕੰਪਨੀ ਸੀ ਜਿਹਦੇ ਵਿੱਚ ਕੰਮ ਕਰਦਾ ਸੀਗਾ। ਮੰਗ ਕਰਦੇ ਹੋ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇ, ਕੋਈ ਸ਼ਿਕਾਇਤ ਪੁਲਿਸ ਨੂੰ ਤੁਹਾਡੇ ਵੱਲੋਂ ਦਿੱਤੀ? ਅਸੀਂ ਕਹਿੰਦੇ ਹਾਂ ਵੀ ਜੋ ਸਾਨੂੰ ਨਹੀਂ ਪਤਾ ਉੱਥੇ ਕਿਤਨਾ ਹੁੰਦੀ, ਉਹਨਾਂ ਦੇ ਪੋਰਟ ਦੇ ਕੀ ਮਸਲੇ ਹੁੰਦੇ ਨੇ, ਪਰ ਸਰਕਾਰ ਨੂੰ ਤਾਂ ਚਾਹੀਦਾ, ਸਰਕਾਰ ਨੂੰ ਤਾਂ ਅਸੀਂ ਕਹਿੰਦੇ ਹਾਂ ਵੀ ਇਹਦੀ ਇਨਕੁਆਇਰੀ ਕਰਾਈ ਜਾਵੇ, ਕਰੂ ਮੈਂਬਰਾਂ ਕੋਲ ਪੁੱਛਿਆ ਜਾਵੇ, ਉਹਨਾਂ ਦੀ ਤਫਤੀਸ਼ ਚੰਗੀ ਤਰ੍ਹਾਂ ਕੀਤੀ ਜਾਵੇ, ਤੇ ਮੇਰਾ ਮੁੰਡਾ ਕਦੀ ਵੀ ਇਹ ਕਤਲ ਦਾ ਕੇਸ ਨਿਕਲੇਗਾ ਇਹਨਾਂ ਦਾ। ਆਖਰੀ ਸਵਾਲ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਦੋ ਚੀਜ਼ਾਂ ਬੜੀਆਂ ਤੁਹਾਡੀ ਗੱਲਬਾਤ ਦੇ ਵਿੱਚੋਂ ਜਿਹੜੀਆਂ ਮੈਂ ਨੋਟ ਕੀਤੀਆਂ, ਜਿਹਨੂੰ ਸੁਣ ਕੇ ਹਰ ਕੋਈ ਦੁੱਖ ਉਹਨੂੰ ਲੱਗੇਗਾ। ਇੱਕ ਤਾਂ ਜਿਸ ਦਿਨ ਉਹਦਾ ਜਨਮ ਦਿਨ ਸੀ ਉਸ ਦਿਨ ਇਹ ਮੰਦਭਾਗੀ ਖਬਰ ਆਉਂਦੀ ਹੈ, ਦੂਸਰਾ ਤੁਸੀਂ ਸੋਚ ਰਹੇ ਸੀ ਕਿ ਅਸੀਂ ਅਗਲੇ ਸਾਲ ਉਹਦਾ ਵਿਆਹ ਕਰਦਾ, ਤਾਂ ਇੱਕ ਬਾਪ ਹੋਣ ਦੇ ਨਾਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਨਾਲ ਇੱਕ ਜਾਤੀ ਤੌਰ 'ਤੇ ਬਹੁਤ ਵੱਡਾ ਇੱਕ ਧੱਕਾ ਹੋਇਆ? ਹਾਲਾਂਕਿ ਸੱਚਾਈ ਪਤਾ ਨਹੀਂ ਇਹਦੇ ਪਿੱਛੇ ਕੀ ਹੈ, ਉਹ ਸੱਚਾਈ ਸਾਹਮਣੇ ਆਉਣੀ ਚਾਹੀਦੀ। ਬਿਲਕੁਲ ਸੱਚਾਈ ਇਹੀ, ਦੇਖ ਸੱਚਾਈ ਆਉਣੀ ਚਾਹੀਦੀ ਹੈ ਜੀ, ਸੱਚਾਈ ਜਿਹਨੂੰ ਸੱਚਾਈ ਆ ਕੇ ਉਹਨੂੰ ਦੰਡ ਦੇਣਾ ਚਾਹੀਦਾ, ਬੰਦੇ ਨੂੰ ਜਿਹਨੂੰ ਵੀ ਹੋਵੇ, ਅਸੀਂ ਦੰਦਾਂ ਦੇਵਾਂਗੇ ਸਾਨੂੰ ਦੇਣ, ਉਹਨਾਂ ਨੂੰ ਦੰਦਾਂ ਉਹਨੂੰ ਵੀ ਦੇਣ, ਪਰ ਗੱਲ ਆ ਵੀ ਸਾਡਾ ਬੱਚਾ ਇਹੋ ਜਿਹਾ ਕੰਮ ਕਰ ਨਹੀਂ ਸਕਦਾ ਕਦੇ ਜੀ, ਜੇ ਇੰਨੇ ਸਾਲਾਂ ਦੇ ਵਿੱਚ ਉਹ ਨਹੀਂ ਕੀਤਾ, ਇੰਨੇ ਸਾਲ ਸਾਨੂੰ ਲਿਆ ਕੇ, ਤੇ ਫਿਰ ਵੇਖੋ ਪੈਸੇ ਵੀ ਅਸੀਂ ਉਹਨੂੰ ਕਹਿੰਦੇ ਕੋਲ ਰੱਖ, ਨਹੀਂ ਪੈਸੇ ਵੀ ਨਹੀਂ, ਕਹਿੰਦਾ ਡੈਡੀ ਤੁਸੀਂ ਰੱਖਿਆ, ਮੈਂ ਕਿਹਾ ਮੈਂ ਨਹੀਂ ਰੱਖਣੇ ਪੈਸੇ ਤੇਰੇ, ਪੈਸੇ ਜ਼ਿਆਦਾ ਹੁੰਦੇ ਨੇ, ਮੈਂ ਕਿਹਾ ਅਸੀਂ ਨਹੀਂ ਰੱਖਣੇ ਅਕਾਊਂਟ ਕਾਰਡ 'ਚ, ਮੇਰੇ ਕੋਲ ਅਕਾਊਂਟ ਕਾਰਡ ਨਹੀਂ ਹੁੰਦੇ, ਤੂੰ ਆਪਣੇ ਕੋਲ ਪੈ ਰੱਖ, ਪਰ ਜਿੰਨੇ ਵੀ ਦਿੰਦੇ ਸੀ ਪੈਸੇ ਸਾਨੂੰ, ਕਦੀ ਜਿੰਨੇ ਮੰਗਣੇ ਉਸੇ ਵੇ ਇੱਕ ਮਿੰਟ 'ਚ ਉਹਨੇ ਅਕਾਊਂਟ 'ਚ ਪਾ ਦੇਣੇ, ਇੱਕ ਮਿੰਟ 'ਚ ਟੈਲੀਫੋਨ ਕਰ ਦੇਣਾ, ਇੱਕ ਟਾਈਮ ਨਵੀਂ ਚੀਜ਼ ਲੈ ਦੇਣੀ, ਖੁਸ਼ੀ ਮਿਲਦੀ ਸੀ ਕਿ ਮੈਂ ਆਪਣੇ ਮਾਂ ਬਾਪ ਲਈ ਕੁਛ, ਇਹੋ ਤੇ ਖੁਸ਼ੀ ਸੀ, ਇਹੋ ਤੇ ਖੁਸ਼ੀ ਸ਼ਾਇਦ ਕਿਸੇ ਨੂੰ ਨਾ ਸਾਂਝੀ ਹੋਈ ਹੋਵੇ, ਇਹੋ ਖੁਸ਼ੀ ਮੈਂ ਕਹਿਣਾ ਨਹੀਂ, ਮੈਨੂੰ ਗੱਡੀ ਮਿਲਦੀ 2.5 ਲੱਖ ਦੀ, 7 ਲੱਖ ਦੀ, ਕਹਿੰਦਾ ਮੈਂ ਡੈਡੀ ਇੱਕ ਮਿੰਟ 'ਚ ਉਹਨੇ ਮੇਰੇ ਅਕਾਊਂਟ 'ਚ ਪੈਸੇ ਪਾਤੇ ਬੈਂਕ 'ਚ, 50 ਮਿੰਟ ਸਾਡੇ ਬੈਂਕ 'ਚ, ਕਹਿੰਦਾ ਦੋ ਨਵੀਂ ਲੈ ਲਓ, ਮੈਂ ਭਾਜੀ ਲੈ ਲਈ ਗੱਡੀ, ਹੋਰ ਮੈਨੂੰ ਕੀ ਚਾਹੀਦਾ ਜੀ।